ਤਾਂ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਗੈਂਗਵਾਰ ਦੀ ਸੀਸੀਟੀਵੀ ਸਾਹਮਣੇ ਆ ਗਈ ਹੈ। ਸੀਪੀ 67 ਮਾਲ ਦੇ ਸਾਹਮਣੇ ਇੱਕ ਗੈਂਗਸਟਰ ਦਾ ਦਿਨ ਦਿਹਾੜੇ ਕਤਲ ਕਰ ਦਿੱਤਾ ਜਾਂਦਾ ਹੈ। 5 ਤੋਂ 6 ਹਮਲਾਵਰ ਆਉਂਦੇ ਨੇ ਅਤੇ ਗੈਂਗਸਟਰ ਰਾਜੇਸ਼ ਡੋਗਰਾ ਉਰਫ ਮੋਹਨ ਦਾ ਕਤਲ ਕਰਕੇ ਚੱਲ ਜਾਂਦੇ ਨੇ। ਹੁਣ ਮਾਲ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰੀ ਘਟਨਾ ਕੈਦ ਹੋ ਗਈ ਹੈ। ਦੇਖ ਸਕਦੇ ਹੋ ਕਿ ਕਿਵੇਂ ਦੋ ਗੱਡੀਆਂ ਤੁਹਾਨੂੰ ਦਿਖ ਰਹੀਆਂ ਨੇ। ਇਹਨਾਂ ਗੱਡੀਆਂ ਦੇ ਵਿੱਚ ਇੱਕ ਇਨੋਵਾ ਹੈ ਅਤੇ ਦੂਜੀ ਕਰੇਟਾ ਹੈ। ਦੋਨਾਂ ਗੱਡੀਆਂ ਦੇ ਵਿੱਚ ਬੈਠ ਕੇ ਹਮਲਾਵਰ ਆਉਂਦੇ ਨੇ ਅਤੇ ਇੱਕ ਗੱਡੀ ਅੱਗੇ ਵੀ ਬਰੇਜ਼ਾ ਖੜੀ ਹੋਈ ਤੁਹਾਨੂੰ ਦਿਖਾਈ ਦੇ ਰਹੀ ਹੋਵੇਗੀ ਅਤੇ ਇੱਕ ਆਰੋਪੀ ਉਸਦੇ ਵਿੱਚ ਬੈਠ ਕੇ ਭੱਜਦਾ ਹੈ। ਯਾਨੀ ਕਿ ਕੁੱਲ 3 ਗੱਡੀਆਂ ਆਉਂਦੀਆਂ ਨੇ ਗੈਂਗਸਟਰ ਨੂੰ ਮਾਰਨ ਦੇ ਲਈ। ਤਾਂ ਗੈਂਗਸਟਰ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ ਮੋਹਾਲੀ ਦੇ ਵਿੱਚ ਅਤੇ ਉਸਦੀ ਹੁਣ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ। ਜੰਮੂ ਦਾ ਗੈਂਗਸਟਰ ਸੀ ਰਾਜੇਸ਼ ਡੋਗਰਾ ਮੋਹਨ, ਸੈਕਟਰ 67 ਦੇ ਸੀਪੀ 67 ਮਾਲ ਦੇ ਬਾਹਰ ਮਰਡਰ ਹੋਇਆ ਹੈ, ਜਿਸਦਾ ਬਦਮਾਸ਼ਾਂ ਨੇ ਕਰੀਬ 15 ਰਾਊਂਡ ਫਾਇਰਿੰਗ ਕੀਤੀ ਹੈ। ਜੀ ਹਾਂ, ਇਹ ਗੈਂਗਵਾਰ ਦਾ ਮਾਮਲਾ ਹੈ। ਪੁਲਿਸ ਨੇ ਵੀ ਇਹ ਪੁਸ਼ਟੀ ਕਰ ਦਿੱਤੀ ਹੈ। ਸੀਸੀਟੀਵੀ ਦੇ ਵਿੱਚ 4 ਕਾਤਲਾਂ ਦੀਆਂ ਤਸਵੀਰਾਂ ਕੈਦ ਹੋਈਆਂ ਨੇ। ਪੁਲਿਸ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਅਤੇ ਵਾਰਦਾਤ ਦੇ ਵੇਲੇ ਗੈਂਗਸਟਰ ਡੋਗਰਾ ਦੇ ਨਾਲ ਦੋ ਸਾਥੀ ਸਨ ਅਤੇ ਉਹਨਾਂ ਦੇ ਵਿੱਚੋਂ ਇੱਕ ਫਰਾਰ ਹੋ ਗਿਆ ਅਤੇ ਦੂਜਾ ਫੜਿਆ ਗਿਆ। ਦੱਸ ਦਈਏ ਕਿ ਹੁਣ ਦੂਜੇ ਵਾਲੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਗੈਂਗਸਟਰ ਦੀ ਮੌਤ ਪਿੱਛੇ ਰੇਕੀ ਉਸਨੇ ਕਰਾਈ ਕਿ ਕਿਸੇ ਹੋਰ ਦਾ ਉਸ ਪਿੱਛੇ ਹੱਥ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਤਾਂ ਦੱਸ ਦਈਏ ਕਿ ਜਿਹੜਾ ਗ੍ਰਿਫਤਾਰ ਹੋਇਆ ਇਹ ਸ਼ਖਸ, ਜਿਹੜਾ ਕਿ ਡੋਗਰਾ ਦਾ ਸਾਥੀ ਦੱਸਿਆ ਜਾ ਰਿਹਾ ਹੈ, ਉਸਦਾ ਵੀ ਕ੍ਰਿਮੀਨਲ ਬੈਕਗ੍ਰਾਉਂਡ ਹੈ। ਤਾਂ ਦੱਸ ਦਈਏ ਕਿ ਮੋਹਾਲੀ ਦੇ ਵਿੱਚ ਦਿਨ ਦਿਹਾੜੇ ਗੈਂਗਵਾਰ ਹੁੰਦੀ ਹੈ, ਇੱਕ ਗੈਂਗਸਟਰ ਦਾ ਕਤਲ ਕਰ ਦਿੱਤਾ